ਮੋਬਾਈਲ ਪਿੱਛੇ ਲੜਦੇ ਸੀ, ਡੈਡੀ ਨੂੰ ਫਿਰ ਕੁੱਟਿਆ ਮੋਬਾਈਲ ਕਰਕੇ, ਦੋਨੇ ਭੈਣਾਂ ਲੜਦੀਆਂ ਸੀ, ਚਪੇੜ ਮਾਰੇ ਇਹ ਹੁਣ ਐਂ ਧੱਕਾ ਮਾਰਿਆ ਨਾ, ਫਿਰ ਟੁੱਟ ਗਈ, ਫਿਰ ਉਹਨਾਂ ਨੇ ਨਰਮ ਅੱਡੀ ਆ ਅਤੇ ਅੱਗੇ ਵੀ ਇਹਦੀ ਖਰਾਬ ਜਿਹੀ ਹੈਗੀ ਸੀ 10 ਸਾਲ। ਆਰਤੀ ਇਹ ਚੌਥੀ ਸੀ, ਮੰਗ ਤਾਂ ਬਸ ਇਹ ਕਰਦੇ ਅਤੇ ਉਹ ਸਾਨੂੰ ਅੱਗੇ ਦੇ ਹੱਥ ਨਾ ਲਾਵੇ। ਹਾਂਜੀ ਹਾਂ, ਨਾ ਚਾ ਬੱਚੇ ਬੱਚੇ ਤਾਂ ਸਾਰਿਆਂ ਦੇ ਰੋੜਾ ਕਰਦੇ ਗੇ, ਪਰ ਅੱਜ ਤੋਂ ਬਾਅਦ ਉਹ ਇੰਨਾ ਕਰਦੇ ਕਿ ਸਾਨੂੰ ਨਾ ਹੱਥ ਲਏ ਤਾਂ ਬੱਚਿਆਂ ਨੂੰ ਹੱਥ ਲਾਏ। ਮਾਰੇ ਨਹੀਂ ਕਹਿੰਦੇ ਆ। ਇਹ ਬੱਚੀ ਸਾਡੇ ਕੋਲ ਕੱਲ ਦਾਖਲ ਹੋਈ ਆ, ਇਹ ਜਿਵੇਂ ਦੱਸ ਰਹੇ ਆ ਕਹਿੰਦੇ ਮੋਬਾਈਲ ਬੱਚੀ ਦੇਖ ਰਹੀ ਸੀ, ਇੱਕ ਹੋਰ ਇਹਨਾਂ ਦੀ ਬੱਚੀ ਹੈ ਦੂਜੀ, ਉਹ ਵੀ ਇਹਦੇ ਇਹ ਮੋਬਾਈਲ ਦੇਖਣਾ ਚਾਹੁੰਦੀ ਸੀ ਅਤੇ ਇਹਦੇ ਨਾਲ ਲੜਨ ਲੱਗ ਗਈ ਮੋਬਾਈਲ ਪਿੱਛੇ, ਇਹ ਦੋਨੋਂ ਲੜ ਪਏ ਬੱਚੇ, ਅਤੇ ਇਹਦੇ ਜਿਹੜੇ ਫਾਦਰ ਸੀਗੇ ਫਿਰ ਉਹਨਾਂ ਨੇ ਇਹਨਾਂ ਨੂੰ ਛੁਡਾਉਣ ਦੇ ਚੱਕਰ 'ਚ ਵੀ, ਅਤੇ ਉਹਨਾਂ ਨੂੰ ਗੁੱਸਾ ਵੀ ਆਇਆ ਅਤੇ ਉਹਨਾਂ ਇਹ ਜਿਵੇਂ ਦੱਸ ਰਹੇ ਆ ਵੀ ਧੱਕਾ ਮਾਰਿਆ, ਉਹਦੇ ਕਰਕੇ ਬੱਚੀ ਨੂੰ ਚੋਟ ਆਈ ਹੈ, ਬੱਚੀ ਡਿੱਗ ਪਈ ਸੀਗੀ। ਅਸੀਂ ਤਾਂ ਵੈਸੇ ਵੀ ਕਹਿੰਦੇ ਰਹਿੰਦੇ ਹਾਂ ਕਿ ਇੱਕ ਤਾਂ ਮੋਬਾਈਲ ਬੱਚਿਆਂ ਨੂੰ ਦੇਣੇ ਨਹੀਂ ਚਾਹੀਦੇ, ਹੋਰ ਕੋਈ ਐਕਟੀਵਿਟੀਜ਼ ਇੰਡਲਜ ਕਰਨ ਜਿਵੇਂ ਸਪੋਰਟਸ ਹੋ ਗਏ, ਜਿਵੇਂ ਅਸੀਂ ਵੀ ਛੋਟੇ ਹੁੰਦੇ ਆਪਾਂ ਖੇਡਦੇ ਸੀ ਉਦੋਂ ਮੋਬਾਈਲ ਨਹੀਂ ਹੁੰਦੇ ਸੀਗੇ, ਅਤੇ ਇਨ ਕੇਸ ਇਹੋ ਜਿਹਾ ਕੁਛ ਹੁੰਦਾ ਵੀ ਹੈ ਜੇ ਮੋਬਾਈਲ ਕਰਕੇ ਕੋਈ ਗੱਲ ਵੀ ਹੋ ਰਹੀ ਹੈ ਤਾਂ ਜਿਹੜੇ ਪੇਰੈਂਟਸ ਆ ਉਹ ਥੋੜ੍ਹਾ ਜਿਹਾ ਸਮਝ ਬੁੱਝ ਕੇ ਉਸ ਚੀਜ਼ ਨੂੰ ਹੈਂਡਲ ਕਰਨ ਵੀ ਇਹ ਤਰੀਕਾ ਇਹ ਨਹੀਂ ਠੀਕ ਹੋਊਗਾ ਕਿ ਆਪਾਂ ਬੱਚਿਆਂ ਨੂੰ ਮਾਰੀਏ ਜਾਂ ਇੱਦਾਂ ਕਰੀਏ ਮੋਬਾਈਲ ਪਿੱਛੇ, ਇਹਦਾ ਕੋਈ ਹੋਰ ਰਸਤਾ ਲੱਭਿਆ ਜਾਵੇ ਤਾਂ ਕਿ ਬੱਚਿਆਂ ਨੂੰ ਇਸ ਆਦਤ ਤੋਂ ਛੁਟਕਾਰਾ ਮਿਲੇ, ਕਿਉਂਕਿ ਆਦਤ ਚੰਗੀ ਵੀ ਨਹੀਂ। ਮੋਬਾਈਲ ਪਿੱਛੇ ਲੜਦੇ ਸੀ, ਡੈਡੀ ਨੂੰ ਫਿਰ ਕੁੱਟਿਆ ਮੋਬਾਈਲ ਕਰਕੇ, ਦੋਨੇ ਭੈਣਾਂ ਲੜਦੀਆਂ ਸੀ, ਚਪੇੜ ਮਾਰੇ ਇਹ ਹੁਣ ਐਂ ਧੱਕਾ ਮਾਰਿਆ ਨਾ, ਫਿਰ ਟੁੱਟ ਗਈ, ਫਿਰ ਉਹਨਾਂ ਨੇ ਨਰਮ ਅੱਡੀ ਆ ਅਤੇ ਅੱਗੇ ਵੀ ਇਹਦੀ ਖਰਾਬ ਜਿਹੀ ਹੈਗੀ ਸੀ 10 ਸਾਲ। ਆਰਤੀ ਇਹ ਚੌਥੀ ਸੀ, ਮੰਗ ਤਾਂ ਬਸ ਇਹ ਕਰਦੇ ਅਤੇ ਉਹ ਸਾਨੂੰ ਅੱਗੇ ਦੇ ਹੱਥ ਨਾ ਲਾਵੇ। ਹਾਂਜੀ ਹਾਂ, ਨਾ ਚਾ ਬੱਚੇ ਬੱਚੇ ਤਾਂ ਸਾਰਿਆਂ ਦੇ ਰੋੜਾ ਕਰਦੇ ਗੇ, ਪਰ ਅੱਜ ਤੋਂ ਬਾਅਦ ਉਹ ਇੰਨਾ ਕਰਦੇ ਕਿ ਸਾਨੂੰ ਨਾ ਹੱਥ ਲਾਏ ਤਾਂ ਬੱਚਿਆਂ ਨੂੰ ਹੱਥ ਲਾਏ। ਮਾਰੇ ਨਹੀਂ ਕਹਿੰਦੇ ਆ। ਇਹ ਬੱਚੀ ਸਾਡੇ ਕੋਲ ਕੱਲ ਦਾਖਲ ਹੋਈ ਆ, ਇਹ ਜਿਵੇਂ ਦੱਸ ਰਹੇ ਆ ਕਹਿੰਦੇ ਮੋਬਾਈਲ ਬੱਚੀ ਦੇਖ ਰਹੀ ਸੀ, ਇੱਕ ਹੋਰ ਇਹਨਾਂ ਦੀ ਬੱਚੀ ਹੈ ਦੂਜੀ, ਉਹ ਵੀ ਇਹਦੇ ਇਹ ਮੋਬਾਈਲ ਦੇਖਣਾ ਚਾਹੁੰਦੀ ਸੀ ਅਤੇ ਇਹਦੇ ਨਾਲ ਲੜਨ ਲੱਗ ਗਈ ਮੋਬਾਈਲ ਪਿੱਛੇ, ਇਹ ਦੋਨੋਂ ਲੜ ਪਏ ਬੱਚੇ, ਅਤੇ ਇਹਦੇ ਜਿਹੜੇ ਫਾਦਰ ਸੀਗੇ ਫਿਰ ਉਹਨਾਂ ਨੇ ਇਹਨਾਂ ਨੂੰ ਛੁਡਾਉਣ ਦੇ ਚੱਕਰ 'ਚ ਵੀ, ਅਤੇ ਉਹਨਾਂ ਨੂੰ ਗੁੱਸਾ ਵੀ ਆਇਆ ਅਤੇ ਉਹਨਾਂ ਇਹ ਜਿਵੇਂ ਦੱਸ ਰਹੇ ਆ ਵੀ ਧੱਕਾ ਮਾਰਿਆ, ਉਹਦੇ ਕਰਕੇ ਬੱਚੀ ਨੂੰ ਚੋਟ ਆਈ ਹੈ, ਬੱਚੀ ਡਿੱਗ ਪਈ ਸੀਗੀ। ਅਸੀਂ ਤਾਂ ਵੈਸੇ ਵੀ ਕਹਿੰਦੇ ਰਹਿੰਦੇ ਹਾਂ ਕਿ ਇੱਕ ਤਾਂ ਮੋਬਾਈਲ ਬੱਚਿਆਂ ਨੂੰ ਦੇਣੇ ਨਹੀਂ ਚਾਹੀਦੇ, ਹੋਰ ਕੋਈ ਐਕਟੀਵਿਟੀਜ਼ ਇੰਡਲਜ ਕਰਨ ਜਿਵੇਂ ਸਪੋਰਟਸ ਹੋ ਗਏ, ਜਿਵੇਂ ਅਸੀਂ ਵੀ ਛੋਟੇ ਹੁੰਦੇ ਆਪਾਂ ਖੇਡਦੇ ਸੀ ਉਦੋਂ ਮੋਬਾਈਲ ਨਹੀਂ ਹੁੰਦੇ ਸੀਗੇ, ਅਤੇ ਇਨ ਕੇਸ ਇਹੋ ਜਿਹਾ ਕੁਛ ਹੁੰਦਾ ਵੀ ਹੈ ਜੇ ਮੋਬਾਈਲ ਕਰਕੇ ਕੋਈ ਗੱਲ ਵੀ ਹੋ ਰਹੀ ਹੈ ਤਾਂ ਜਿਹੜੇ ਪੇਰੈਂਟਸ ਆ ਉਹ ਥੋੜ੍ਹਾ ਜਿਹਾ ਸਮਝ ਬੁੱਝ ਕੇ ਉਸ ਚੀਜ਼ ਨੂੰ ਹੈਂਡਲ ਕਰਨ ਵੀ ਇਹ ਤਰੀਕਾ ਇਹ ਨਹੀਂ ਠੀਕ ਹੋਊਗਾ ਕਿ ਆਪਾਂ ਬੱਚਿਆਂ ਨੂੰ ਮਾਰੀਏ ਜਾਂ ਇੱਦਾਂ ਕਰੀਏ ਮੋਬਾਈਲ ਪਿੱਛੇ, ਇਹਦਾ ਕੋਈ ਹੋਰ ਰਸਤਾ ਲੱਭਿਆ ਜਾਵੇ ਤਾਂ ਕਿ ਬੱਚਿਆਂ ਨੂੰ ਇਸ ਆਦਤ ਤੋਂ ਛੁਟਕਾਰਾ ਮਿਲੇ, ਕਿਉਂਕਿ ਆਦਤ ਚੰਗੀ ਵੀ ਨਹੀਂ।